वाहेगुरु जी का खालसा, श्री वाहेगुरु जी की फतेह। बाबा भुंदर साहब के पवित्र स्थान पर विसाखी का दिहाड़ा आ रहा है। संगतां फेसबुक ते व्हाट्सएप ते मैसेज करके पुछदियां कि दिन तरीक जां किहड़े वार दी विसाखी है। सो अपने नाल सरदार कुलवीर सिंह मैंबर साहब मौजूद है, इन्हां तों पुछदे हां क्योंकि जिम्मेवार बंदा चाहुंदे। मैंबर साहब वाहेगुरु जी खालसा वाहेगुरु जी की फतेह। जी मैंबर साहब, अपने विसाखी किहड़े दिन दी आ? फेसबुक व्हाट्सएप ते सज्जन बहुत पुछदे आ दिन तरीक। विसाखी भाजी 13 तरीक दी है, वीरवार दी। ਠੀਕ ਆ। ਤੇ ਨਗਰ ਕੀਰਤਨ ਕੱਲ ਨੂੰ ਸਜਾਏ ਜਾਣਗੇ, ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਤੇ 13 ਤਰੀਕ ਨੂੰ ਭੋਗ ਪਾਏ ਜਾਣਗੇ ਤੇ ਵਿਸਾਖੀ ਦਾ ਮੇਲਾ ਬਹੁਤ ਧੂਮ ਧਾਮ ਮਨਾਇਆ ਜਾਊਗਾ। ਠੀਕ ਆ। ਤੇ ਕੱਲ ਨੂੰ ਨਗਰ ਕੀਰਤਨ 'ਚ ਵੀ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਵੀ ਹਮ ਹਮ ਆ ਕੇ ਪਹੁੰਚੋ ਤੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਓ। ਤੇ ਵੀਰਵਾਰ ਨੂੰ ਵਿਸਾਖੀ ਵਾਲੇ ਦਿਨ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਹਮ ਹਮ ਆ ਕੇ ਪਹੁੰਚਣ ਤੇ ਗੁਰੂ ਸਾਹਿਬ ਦੇ ਬਾਬਾ ਭੁੰਦਰ ਸਾਹਿਬ ਦੇ ਦਰਸ਼ਨ ਕਰਨ ਤੇ ਰੌਣਕਾਂ ਵਧਾਉਣ। ਮੈਂਬਰ ਸਾਹਿਬ, ਨਗਰ ਕੀਰਤਨ ਦਾ ਰੂਟ ਕੀ ਹੈ? ਰੂਟ ਨਗਰ ਕੀਰਤਨ ਦਾ ਹੈਗਾ ਜੀ, ਆਪਣਾ ਪਿੰਡ ਭੁੰਦੜ ਤੋਂ ਹੁੰਦਾ ਹੋਇਆ ਕਰਨੀ ਵਾਲਾ, ਘੁਮਿਆਰਾ, ਵਾਦੀਆਂ ਤੇ ਲੁੰਡੇ ਵਾਲਾ, ਖੂਨਣ, ਚੱਕ ਗਿਲਜੇ ਵਾਲਾ ਤੇ ਦੋਹੇ ਵਾਲਾ ਤੋਂ ਹੁੰਦਾ ਹੋਇਆ ਭੁੰਦੜ ਵਾਪਸ ਬਾਬਾ ਭੁੰਦੜ ਸਾਹਿਬ ਦੇ ਸਥਾਨ ਤੇ ਆਵੇਗਾ ਜੀ। ਦੋਹੇ ਵਾਲੇ ਤੋਂ ਸਮਾਪਤੀ ਹੈ? ਹਾਂਜੀ। ਦੂਰ ਦੂਰ ਤੋਂ ਸੰਗਤਾਂ ਅੱਗੇ ਵੀ ਸ਼ਰਧਾ ਭਾਵਨਾ ਨਾਲ ਆਉਂਦੀਆਂ, ਐਤਕੀ ਉਮੀਦ ਦਾ ਕਿੰਨਾ ਇਕੱਠ ਹੋਊਗਾ? ਬਹੁਤ ਇਕੱਠ ਹੁੰਦਾ ਜੀ, ਅੱਗੇ ਵੀ ਬਹੁਤ ਇਕੱਠ ਹੁੰਦਾ, ਐਤਕੀ ਵੀ ਉਮੀਦ ਆ ਵੀ ਬਹੁਤ ਜ਼ਿਆਦਾ ਇਕੱਠ ਹੋਊਗਾ ਤੇ ਭਾਰੀ ਗਿਣਤੀ ਸੰਗਤਾਂ ਆਉਣਗੀਆਂ ਤੇ ਬਾਬਾ ਭੁੰਦਰ ਸਾਹਿਬ ਦੇ ਦਰਸ਼ਨ ਕਰਨੀ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ। ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਬਾਬਾ ਭੁੰਦਰ ਸਾਹਿਬ ਕੋਲੇ ਤੇ ਉਹਨਾਂ ਨੇ ਵਰ ਦਿੱਤਾ ਸੀ ਬਾਬਾ ਭੁੰਦਰ ਸਾਹਿਬ ਨੂੰ ਵੀ ਵਿਸਾਖੀ ਤੋਂ 1 ਦਿਨ ਪਹਿਲਾਂ ਮੇਲਾ ਤੁਹਾਡਾ ਲੱਗਿਆ ਕਰੂਗਾ ਤੇ ਉਦੋਂ ਤੋਂ ਮੇਲੇ ਲੱਗ ਰਹੇ ਆ ਜੀ ਤੇ ਬਹੁਤ ਸੰਗਤਾਂ ਧੂਮਧਾਮ ਨਾਲ ਮਨਾਉਂਦੀਆਂ। ਗੁਰੂ ਗੋਬਿੰਦ ਸਿੰਘ ਮਾਰਗ ਤੇ ਪਿੰਡ ਆ ਇਹ? ਹਾਂਜੀ ਹਾਂਜੀ, ਗੁਰੂ ਗੋਬਿੰਦ ਜੇ ਸੰਗਤਾਂ ਨੇ ਦੂਰੋਂ ਨੇੜੇ ਬੱਸ ਬੁੱਸ ਤੇ ਆਉਣਾ ਹੋਵੇ ਕੀ ਰੂਟ ਹੈ? ਬੱਸ ਤੇ ਮੁਕਤਸਰ ਤੋਂ ਗਿੱਦੜਵਾ ਨੂੰ ਬੱਸਾਂ ਜਾਂਦੀਆਂ ਜਿਹੜੀਆਂ ਉਹ ਵੀ ਆਪਣੇ ਪਿੰਡ ਭੁੰਦੜ ਰੋਕ ਕੇ ਜਾਂਦੀਆਂ, ਗਿੱਦੜਵਾ ਤੋਂ ਮੁਕਤਸਰ ਜਾਂਦੀਆਂ, ਮੁਕਤਸਰ ਤੋਂ ਮਲੋੜ ਜਿਹੜੀਆਂ ਜਾਂਦੀਆਂ ਉਹ ਵੀ ਬੱਸਾਂ ਆਪਣੇ 10ਵੇਂ ਮੀਲ ਵਾਲਾ ਗੇਟ ਆ ਉੱਥੇ ਲੜੀ ਚੱਲ ਰਹੀ ਹੈ ਉੱਥੇ ਬੱਸਾਂ ਰੋਕ ਕੇ ਜਾਂਦੀਆਂ। ਉੱਥੋਂ 1.5 ਕਿਲੋਮੀਟਰ ਆਪਣਾ ਪਿੰਡ ਆ ਜਿਹੜਾ 10ਵੇਂ ਮੀਲ ਤੋਂ ਤੇ ਉੱਥੇ ਸੁਵਿਧਾ ਜਿਹੜੀ ਹੈਗੀ ਬੱਸਾਂ ਦੀ ਹੈਗੀ ਹੈ ਜੀ। ਮੈਂਬਰ ਸਾਹਿਬ, ਜੇ ਸੰਗਤਾਂ ਮੰਨ ਲਓ ਦੂਰ ਦਰੇਡੇ ਪੰਜਾਬ 'ਚ ਜਿੱਥੋਂ ਵੀ ਪਤਾ ਲੱਗਦਾ ਆਉਂਦਾ ਕਿਉਂਕਿ ਬਾਬਾ ਭੁੰਦੜ ਸਾਹਿਬ ਦੀ ਸੋਭਾ ਬੜੀ ਹੈ ਤੇ ਰਹਿਣ ਰੋਣ ਦਾ ਰਾਤ ਨੂੰ ਕੀ ਪ੍ਰਬੰਧ ਹੈ? ਰਹਿਣ ਦਾ ਪ੍ਰਬੰਧ ਵੀ ਹੈਗਾ ਜੀ, ਇੱਥੇ ਚੰਗੇ ਹਾਲ ਬਣੇ ਆ ਵਧੀਆ ਤੇ ਉਹਨਾਂ 'ਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈਗਾ ਜੀ, ਬਹੁਤ ਵਧੀਆ। ਠੀਕ ਆ, ਮੰਨ ਲਓ 1 ਦਿਨ ਪਹਿਲਾਂ ਵੀ ਆ ਸਕਦੇ? ਹਾਂਜੀ ਹਾਂਜੀ, ਆ ਸਕਦੇ 1 ਦਿਨ ਪਹਿਲਾਂ ਵੀ ਜੀ। ਜਿਵੇਂ ਤੁਸੀਂ ਦੱਸਿਆ ਜੀ, ਚਲੋ ਸ਼ਰਧਾ ਭਾਵਨਾ ਨਾਲੋਂ ਤਾਂ ਸਾਰੀ ਸੰਗਤ ਆਉਂਦੀ ਆ, ਧਾਰਮਿਕ ਸਮਾਗਮ ਹੁੰਦੇ ਆ, ਇੱਥੇ ਇਕੱਲੇ ਧਾਰਮਿਕ ਸਮਾਗਮ ਹੋਣੇ ਆ ਜਾਂ ਕੋਈ ਖਿਡਾਰੀ ਖੇਡਾਂ ਦਾ ਵੀ ਕੋਈ ਹੈ ਪ੍ਰੋਗਰਾਮ? ਖੇਡਾਂ ਦਾ ਹੈਗਾ ਜੀ, ਕਬੱਡੀ 13 ਤਰੀਕ ਨੂੰ ਕਬੱਡੀ ਦੇ ਮੈਚ ਵੀ ਹੋਣਗੇ। ਠੀਕ ਹੈ ਜੀ। ਤੇ ਨਾਲ ਕੁਸ਼ਤੀਆਂ ਵੀ ਹੁੰਦੀਆਂ ਤੇ ਉਹ ਵੀ ਖਿਡਾਰੀਆਂ ਨੂੰ ਵੀ ਬੇਨਤੀ ਆ ਵੀ ਇੱਥੇ ਪਹੁੰਚਣ ਤੇ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਲਾਭ ਉਠਾਉਣ। ਵਜਨ ਵਾਲੀ ਕਬੱਡੀ ਹੋਣੀ ਹੈ ਕਿ ਓਪਨ? 72 ਕਿਲੋ ਜੀ, 72 ਕਿਲੋ, 72 ਕਿਲੋ ਦੇ ਮੈਚ ਹੋਣਗੇ। ਠੀਕ ਹੈ, ਇਕੱਲੇ 72 ਕਿਲੋ? ਹਾਂਜੀ ਹਾਂਜੀ। ਸੰਗਤਾਂ ਇੱਥੇ ਵੱਧ ਤੋਂ ਵੱਧ ਪਹੁੰਚੋ ਤੇ ਸਹਿਯੋਗ ਕਰੋ ਤੇ ਦਰਸ਼ਨ ਕਰੋ ਗੁਰੂ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।